ਇਹਦੇ 'ਚ ਭਾਅ ਜੀ ਤਕਰੀਬਨ ਆਪਾਂ ਪੰਜਾਂ ਕੁ ਚੀਜ਼ਾਂ ਦੇ ਸਪੇਅਰ ਪਾਰਟ ਯੂਜ਼ ਕੀਤੇ ਆ, ਜਿੱਦਾਂ ਪਲਸਰ ਮੋਟਰਸਾਈਕਲ ਦਾ ਇੰਜਨ ਹੋ ਗਿਆ, ਐਕਟਿਵਾ ਜੁਪੀਟਰ ਦੇ ਟਾਇਰ ਹੋ ਗਿਆ, ਆਇਲ ਟੈਂਕ ਹੋ ਗਿਆ ਐਕਟਿਵਾ ਦਾ, ਪਲੱਸ ਟਰੈਕਟਰ ਸਵਰਾਜ ਦੀ ਸੀਟ ਇਹਦੇ 'ਤੇ ਯੂਜ਼ ਕੀਤੀ ਆ। ਇਹ ਭਾਅ ਜੀ ਜਿੱਦਾਂ ਪਹਿਲਾਂ ਸ਼ੁਰੂ ਤੋਂ ਹੀ ਸ਼ੌਂਕ ਆ ਮੈਨੂੰ ਅਤੇ ਮੇਰੇ ਵੱਡੇ ਬ੍ਰਦਰ ਨੂੰ ਰਜਿੰਦਰ ਸਿੰਘ, ਅਤੇ ਵੀ ਕੋਈ ਨਾ ਕੋਈ ਇੱਦਾਂ ਦੀ ਚੀਜ਼ ਬਣਾਈ ਜਾਵੇ ਜਿਹੜੀ ਕਿ ਦਿੱਖ ਦਾ ਕੇਂਦਰ ਬਣੇ। ਪਹਿਲਾਂ ਇਸ ਤੋਂ ਪਹਿਲਾਂ ਅਸੀਂ ਇੱਕ ਜੀਪ ਤਿਆਰ ਕੀਤੀ ਸੀ ਇਲੈਕਟ੍ਰੋਨਿਕ, ਮੇਰੇ ਵੱਡੇ ਬ੍ਰਦਰ ਆ ਵੈਸੇ ਉਹ ਡੀਜ਼ਲ ਮਕੈਨਿਕ ਮੰਨ ਲਓ ਟਰੈਕਟਰਾਂ ਦਾ ਪੂਰਾ ਕੰਮ ਜਾਣਦੇ ਸੀ, ਤਾਂ ਕਰਕੇ ਫਿਰ ਉਹ ਕਹਿੰਦੇ ਵੀ ਚਲੋ ਟਰੈਕਟਰ ਹੀ ਯੂਜ਼ ਕਰਦੇ ਹਾਂ। ਟਰੈਕਟਰ ਇਹ ਆਪਾਂ ਮਿੰਨੀ ਟਰੈਕਟਰ ਬਣਾਇਆ ਭਾਅ ਜੀ, ਅਤੇ ਇਹਨੂੰ ਤਕਰੀਬਨ ਤਿਆਰ ਕੀਤੇ ਨੂੰ 8 ਕੁ ਮਹੀਨੇ ਹੋ ਗਏ। ਆਪਣੀ ਸ਼ੋਪ ਆ ਮਲਸੀਆਂ ਸਟੀਲ ਵੈਲਡਿੰਗ ਦੀ, ਅਤੇ ਉੱਥੇ ਆਪਾਂ ਆਪਣੀ ਸ਼ੋਪ ਦੇ ਉੱਤੇ ਤਿਆਰ ਕੀਤਾ ਹੋਇਆ ਵਾ ਭਾਅ ਜੀ। ਕਿਸ ਤਰ੍ਹਾਂ ਟਰੈਕਟਰ ਇਸਨੂੰ ਬਣਾਇਆ ਗਿਆ, ਕੀ ਕੀ ਇਹਦੇ ਵਿੱਚ ਸਪੇਅਰ ਪਾਰਟ ਕਿੱਥੇ ਯੂਜ਼ ਕੀਤੇ? ਇਹਦੇ 'ਚ ਭਾਅ ਜੀ ਤਕਰੀਬਨ ਆਪਾਂ 5 ਕੁ ਚੀਜ਼ਾਂ ਦੇ ਸਪੇਅਰ ਪਾਰਟ ਯੂਜ਼ ਕੀਤੇ ਆ, ਜਿੱਦਾਂ ਪਲਸਰ ਮੋਟਰਸਾਈਕਲ ਦਾ ਇੰਜਨ ਹੋ ਗਿਆ, ਐਕਟਿਵਾ ਜੁਪੀਟਰ ਦੇ ਟਾਇਰ ਹੋ ਗਿਆ, ਆਇਲ ਟੈਂਕ ਹੋ ਗਿਆ ਐਕਟਿਵਾ ਦਾ, ਪਲੱਸ ਟਰੈਕਟਰ ਸਵਰਾਜ ਦੀ ਸੀਟ ਇਹਦੇ 'ਤੇ ਯੂਜ਼ ਕੀਤੀ ਆ। ਜਿਹੜੇ ਪਿਛਲੇ ਟਾਇਰ ਆ ਆਪਾਂ ਉਹ ਜਿਹੜੇ ਵੱਡੇ ਟਰੈਕਟਰ ਨੂੰ ਪਿਛਲੇ ਟਾਇਰ ਹੁੰਦੇ ਆ, ਫਰੰਟ ਵਾਲੇ ਟਾਇਰ ਹੁੰਦੇ ਆ, ਉਹ ਆਪਾਂ ਇਹਨੂੰ ਪਿੱਛੇ ਪਾਏ ਹੋਏ ਆ। ਇਹ ਭਾਅ ਜੀ ਜਿੱਦਾਂ ਪਹਿਲਾਂ ਸ਼ੁਰੂ ਤੋਂ ਹੀ ਸ਼ੌਂਕ ਆ ਮੈਨੂੰ ਅਤੇ ਮੇਰੇ ਵੱਡੇ ਬ੍ਰਦਰ ਨੂੰ ਰਜਿੰਦਰ ਸਿੰਘ, ਅਤੇ ਵੀ ਕੋਈ ਨਾ ਕੋਈ ਇੱਦਾਂ ਦੀ ਚੀਜ਼ ਬਣਾਈ ਜਾਵੇ ਜਿਹੜੀ ਕਿ ਦਿੱਖ ਦਾ ਕੇਂਦਰ ਬਣੇ। ਪਹਿਲਾਂ ਇਸ ਤੋਂ ਪਹਿਲਾਂ ਅਸੀਂ ਇੱਕ ਜੀਪ ਤਿਆਰ ਕੀਤੀ ਸੀ ਇਲੈਕਟ੍ਰੋਨਿਕ, ਅਤੇ ਉਹ ਫਿਰ ਸਾਡੇ ਕੋਲ ਕਸਟਮਰ ਲੈ ਗਏ ਸੀ। ਫਿਰ ਉਸ ਤੋਂ ਬਾਅਦ ਇਹ ਸਾਡਾ ਇਹ ਦੂਜਾ ਵਾ, ਯਾਨੀ ਕਿ ਟਰੈਕਟਰ ਵੀ ਅਸੀਂ ਕਿਹਾ ਚਲੋ ਹੁਣ ਅੱਗੇ ਜੀਪ ਬਣਾਈ ਸੀ ਹੁਣ ਇਹ ਟਰੈਕਟਰ ਬਣਾ ਲੈਂਦੇ ਹਾਂ। ਗੱਲ ਕਰੀਏ ਕਿੰਨਾ ਖਰਚਾ ਆ ਗਿਆ ਜੀ? ਇੱਥੇ ਤਕਰੀਬਨ 1.25 ਲੱਖ ਰੁਪਏ ਦਾ ਖਰਚਾ ਆਇਆ ਜੀ ਆਪਣਾ, ਹਾਂਜੀ ਟੋਟਲ ਸਾਰਾ ਕੰਪਲੀਟ ਕਰਕੇ। ਅੱਛਾ ਬਾਈ, ਤੁਸੀਂ ਇਸ ਦੇ ਰਿਗਾਰਡਿੰਗ ਕੋਈ ਡਿਗਰੀ ਕੀਤੀ ਹੈ ਜਾਂ ਫਿਰ ਕੋਈ ਕੋਰਸ ਕੀਤਾ ਸੀਗਾ ਜਿਹੜਾ? ਨਹੀਂ ਜੀ, ਇਹ ਤਾਂ ਨਹੀਂ ਕੋਈ ਵੀ ਕੋਰਸ ਨਹੀਂ ਕੀਤਾ। ਜਿਹੜਾ ਮੇਰੇ ਵੱਡੇ ਬ੍ਰਦਰ ਆ ਵੈਸੇ ਉਹ ਡੀਜ਼ਲ ਮਕੈਨਿਕ ਮੰਨ ਲਓ ਟਰੈਕਟਰਾਂ ਦਾ ਪੂਰਾ ਕੰਮ ਜਾਣਦੇ ਸੀ, ਤਾਂ ਕਰਕੇ ਫਿਰ ਉਹ ਕਹਿੰਦੇ ਵੀ ਚਲੋ ਟਰੈਕਟਰ ਹੀ ਯੂਜ਼ ਕਰਦੇ ਹਾਂ, ਅਤੇ ਮੈਂ ਪਲੱਸ ਟੂ ਕੀਤੀ ਆ। ਅਤੇ ਇਹ ਤਕਰੀਬਨ 5 ਕੁ ਗੱਡੀਆਂ ਦਾ ਮਿਕਸਅਪ ਕਰਕੇ ਟਰੈਕਟਰ ਅਤੇ ਗੱਡੀਆਂ ਦਾ ਮਿਕਸ, ਉਹਦੇ 'ਚ ਜਿੱਦਾਂ ਐਕਟਿਵਾ ਹੋ ਗਿਆ, ਪਲਸਰ ਮੋਟਰਸਾਈਕਲ ਹੋ ਗਿਆ, ਸਵਰਾਜ ਟਰੈਕਟਰ ਦੀ ਸੀਟ ਹੋ ਗਈ, ਆਮ ਵੱਡੇ ਟਰੈਕਟਰ ਦੇ ਟਾਇਰ ਹੋ ਗਏ। ਹਾਂਜੀ, ਤੁਸੀਂ ਗੱਲ ਕਰ ਰਹੇ ਸੀਗੇ ਕਿ ਪਿੰਡਾਂ ਦੇ ਵਿੱਚ ਇਸ ਚੀਜ਼ ਨੂੰ ਜਿਹੜਾ ਤੁਸੀਂ ਪੱਠੇ ਢੋਣ ਲਈ ਕਰਦੇ ਸੀਗੇ, ਹੁਣ ਇਹ ਕਿਸਾਨੀ ਅੰਦੋਲਨ ਦੇ ਵਿੱਚ ਕਿਹੜੇ ਕੰਮ ਦੀ ਗੱਲ? ਇਹ ਤਾਂ ਹੁਣ ਫਿਲਹਾਲ ਤਾਂ ਅਸੀਂ ਇੱਥੇ ਮੰਨ ਲਓ ਇਹਦੇ 'ਚ ਰਾਸ਼ਨ ਲੈ ਕੇ ਆਏ ਹਾਂ ਆਪਦਾ, ਜਿੰਨੇ ਵੀ ਕਿਸਾਨ ਆਏ ਸੀ ਇਹਦੇ 'ਚ ਅਸੀਂ ਰਾਸ਼ਨ ਰੱਖਿਆ ਹੋਇਆ ਛੋਟੀ ਟਰਾਲੀ 'ਚ, ਬਾਕੀ ਸਾਡਾ ਸੌਣ ਦਾ ਪ੍ਰਬੰਧ ਵੀ ਇਹਦੇ ਵਿੱਚ ਹੀ ਆ। ਇਹਦੇ 'ਚ ਭਾਅ ਜੀ ਤਕਰੀਬਨ ਆਪਾਂ 5 ਕੁ ਚੀਜ਼ਾਂ ਦੇ ਸਪੇਅਰ ਪਾਰਟ ਯੂਜ਼ ਕੀਤੇ ਆ, ਜਿੱਦਾਂ ਪਲਸਰ ਮੋਟਰਸਾਈਕਲ ਦਾ ਇੰਜਨ ਹੋ ਗਿਆ, ਐਕਟਿਵਾ ਜੁਪੀਟਰ ਦੇ ਟਾਇਰ ਹੋ ਗਿਆ, ਆਇਲ ਟੈਂਕ ਹੋ ਗਿਆ ਐਕਟਿਵਾ ਦਾ, ਪਲੱਸ ਟਰੈਕਟਰ ਸਵਰਾਜ ਦੀ ਸੀਟ ਇਹਦੇ 'ਤੇ ਯੂਜ਼ ਕੀਤੀ ਆ। ਇਹ ਭਾਅ ਜੀ ਜਿੱਦਾਂ ਪਹਿਲਾਂ ਸ਼ੁਰੂ ਤੋਂ ਹੀ ਸ਼ੌਂਕ ਆ ਮੈਨੂੰ ਅਤੇ ਮੇਰੇ ਵੱਡੇ ਬ੍ਰਦਰ ਨੂੰ ਰਜਿੰਦਰ ਸਿੰਘ, ਅਤੇ ਵੀ ਕੋਈ ਨਾ ਕੋਈ ਇੱਦਾਂ ਦੀ ਚੀਜ਼ ਬਣਾਈ ਜਾਵੇ ਜਿਹੜੀ ਕਿ ਦਿੱਖ ਦਾ ਕੇਂਦਰ ਬਣੇ। ਪਹਿਲਾਂ ਇਸ ਤੋਂ ਪਹਿਲਾਂ ਅਸੀਂ ਇੱਕ ਜੀਪ ਤਿਆਰ ਕੀਤੀ ਸੀ ਇਲੈਕਟ੍ਰੋਨਿਕ, ਮੇਰੇ ਵੱਡੇ ਬ੍ਰਦਰ ਆ ਵੈਸੇ ਉਹ ਡੀਜ਼ਲ ਮਕੈਨਿਕ ਮੰਨ ਲਓ ਟਰੈਕਟਰਾਂ ਦਾ ਪੂਰਾ ਕੰਮ ਜਾਣਦੇ ਸੀ, ਤਾਂ ਕਰਕੇ ਫਿਰ ਉਹ ਕਹਿੰਦੇ ਵੀ ਚਲੋ ਟਰੈਕਟਰ ਹੀ ਯੂਜ਼ ਕਰਦੇ ਹਾਂ। ਟਰੈਕਟਰ ਇਹ ਆਪਾਂ ਮਿੰਨੀ ਟਰੈਕਟਰ ਬਣਾਇਆ ਭਾਅ ਜੀ, ਅਤੇ ਇਹਨੂੰ ਤਕਰੀਬਨ ਤਿਆਰ ਕੀਤੇ ਨੂੰ 8 ਕੁ ਮਹੀਨੇ ਹੋ ਗਏ। ਆਪਣੀ ਸ਼ੋਪ ਆ ਮਲਸੀਆਂ ਸਟੀਲ ਵੈਲਡਿੰਗ ਦੀ, ਅਤੇ ਉੱਥੇ ਆਪਾਂ ਆਪਣੀ ਸ਼ੋਪ ਦੇ ਉੱਤੇ ਤਿਆਰ ਕੀਤਾ ਹੋਇਆ ਵਾ ਭਾਅ ਜੀ। ਕਿਸ ਤਰ੍ਹਾਂ ਟਰੈਕਟਰ ਇਸਨੂੰ ਬਣਾਇਆ ਗਿਆ, ਕੀ ਕੀ ਇਹਦੇ ਵਿੱਚ ਸਪੇਅਰ ਪਾਰਟ ਕਿੱਥੇ ਕਿੱਥੇ ਯੂਜ਼ ਕੀਤੇ? ਇਹਦੇ 'ਚ ਭਾਅ ਜੀ ਤਕਰੀਬਨ ਆਪਾਂ 5 ਕੁ ਚੀਜ਼ਾਂ ਦੇ ਸਪੇਅਰ ਪਾਰਟ ਯੂਜ਼ ਕੀਤੇ ਆ, ਜਿੱਦਾਂ ਪਲਸਰ ਮੋਟਰਸਾਈਕਲ ਦਾ ਇੰਜਨ ਹੋ ਗਿਆ, ਐਕਟਿਵਾ ਜੁਪੀਟਰ ਦੇ ਟਾਇਰ ਹੋ ਗਏ, ਆਇਲ ਟੈਂਕ ਹੋ ਗਿਆ ਐਕਟਿਵਾ ਦਾ, ਪਲੱਸ ਟਰੈਕਟਰ ਸਵਰਾਜ ਦੀ ਸੀਟ ਇਹਦੇ 'ਤੇ ਯੂਜ਼ ਕੀਤੀ ਆ। ਜਿਹੜੇ ਪਿਛਲੇ ਟਾਇਰ ਆ ਆਪਾਂ ਉਹ ਜਿਹੜੇ ਵੱਡੇ ਟਰੈਕਟਰ ਨੂੰ ਪਿਛਲੇ ਟਾਇਰ ਹੁੰਦੇ ਆ, ਫਰੰਟ ਵਾਲੇ ਟਾਇਰ ਹੁੰਦੇ ਆ, ਉਹ ਆਪਾਂ ਇਹਨੂੰ ਪਿੱਛੇ ਪਾਏ ਹੋਏ ਆ। ਇਹ ਭਾਅ ਜੀ ਜਿੱਦਾਂ ਪਹਿਲਾਂ ਸ਼ੁਰੂ ਤੋਂ ਹੀ ਸ਼ੌਂਕ ਆ ਮੈਨੂੰ ਅਤੇ ਮੇਰੇ ਵੱਡੇ ਬ੍ਰਦਰ ਨੂੰ ਰਜਿੰਦਰ ਸਿੰਘ, ਅਤੇ ਵੀ ਕੋਈ ਨਾ ਕੋਈ ਇੱਦਾਂ ਦੀ ਚੀਜ਼ ਬਣਾਈ ਜਾਵੇ ਜਿਹੜੀ ਕਿ ਦਿੱਖ ਦਾ ਕੇਂਦਰ ਬਣੇ। ਪਹਿਲਾਂ ਇਸ ਤੋਂ ਪਹਿਲਾਂ ਅਸੀਂ ਇੱਕ ਜੀਪ ਤਿਆਰ ਕੀਤੀ ਸੀ ਇਲੈਕਟ੍ਰੋਨਿਕ, ਅਤੇ ਉਹ ਫਿਰ ਸਾਡੇ ਕੋਲ ਕਸਟਮਰ ਲੈ ਗਏ ਸੀ। ਫਿਰ ਉਸ ਤੋਂ ਬਾਅਦ ਇਹ ਸਾਡਾ ਇਹ ਦੂਜਾ ਵਾ, ਯਾਨੀ ਕਿ ਟਰੈਕਟਰ ਵੀ ਅਸੀਂ ਕਿਹਾ ਚਲੋ ਹੁਣ ਅੱਗੇ ਜੀਪ ਬਣਾਈ ਸੀ ਹੁਣ ਇਹ ਟਰੈਕਟਰ ਬਣਾ ਲੈਂਦੇ ਹਾਂ। ਗੱਲ ਕਰੀਏ ਕਿੰਨਾ ਖਰਚਾ ਆ ਗਿਆ ਜੀ? ਇੱਥੇ ਤਕਰੀਬਨ 1.25 ਲੱਖ ਰੁਪਏ ਦਾ ਖਰਚਾ ਆਇਆ ਜੀ ਆਪਣਾ, ਹਾਂਜੀ ਟੋਟਲ ਸਾਰਾ ਕੰਪਲੀਟ ਕਰਕੇ।
ਅੱਛਾ ਭਾਈ, ਤੁਸੀਂ ਇਸ ਦੇ ਰਿਗਾਰਡਿੰਗ ਕੋਈ ਡਿਗਰੀ ਕੀਤੀ ਹੈ ਜਾਂ ਫਿਰ ਕੋਈ ਕੋਰਸ ਕੀਤਾ ਸੀਗਾ ਬਣਾਉਣ? ਨਹੀਂ ਜੀ, ਇਹ ਨਹੀਂ ਕੋਈ ਵੀ ਕੋਰਸ ਨਹੀਂ ਕੀਤਾ। ਜਿਹੜਾ ਮੇਰੇ ਵੱਡੇ ਬ੍ਰਦਰ ਆ ਵੈਸੇ ਉਹ ਡੀਜ਼ਲ ਮਕੈਨਿਕ ਮੰਨ ਲਓ ਟਰੈਕਟਰਾਂ ਦਾ ਪੂਰਾ ਕੰਮ ਜਾਣਦੇ ਸੀ, ਤਾਂ ਕਰਕੇ ਫਿਰ ਉਹ ਕਹਿੰਦੇ ਵੀ ਚਲੋ ਐਤਕੀ ਟਰੈਕਟਰ ਹੀ ਯੂਜ਼ ਕਰਦੇ ਹਾਂ। ਅਤੇ ਮੈਂ ਪਲੱਸ ਟੂ ਕੀਤੀ ਆ, ਅਤੇ ਇਹ ਤਕਰੀਬਨ 5 ਗੱਡੀਆਂ ਦਾ ਮਿਕਸਅਪ ਕਰਕੇ ਟਰੈਕਟਰ ਅਤੇ ਗੱਡੀਆਂ ਦਾ ਮਿਕਸ, ਉਹਦੇ 'ਚ ਜਿੱਦਾਂ ਐਕਟਿਵਾ ਹੋ ਗਿਆ, ਪਲਸਰ ਮੋਟਰਸਾਈਕਲ ਹੋ ਗਿਆ, ਸਵਰਾਜ ਟਰੈਕਟਰ ਦੀ ਸੀਟ ਹੋ ਗਈ, ਆਮ ਵੱਡੇ ਟਰੈਕਟਰ ਦੇ ਟਾਇਰ ਹੋ ਗਏ। ਹਾਂਜੀ, ਤੁਸੀਂ ਗੱਲ ਕਰ ਰਹੇ ਸੀਗੇ ਕਿ ਪਿੰਡਾਂ ਦੇ ਵਿੱਚ ਇਸ ਚੀਜ਼ ਨੂੰ ਜਿਹੜਾ ਤੁਸੀਂ ਪੱਟੇ ਢੋਲ ਲਈ ਕਰਦੇ ਸੀਗੇ, ਹੁਣ ਇਹ ਕਿਸਾਨੀ ਅੰਦੋਲਨ ਦੇ ਵਿੱਚ ਕਿਹੜੇ ਕੰਮ ਦੀ ਗੱਲ? ਇਹ ਤਾਂ ਹੁਣ ਫਿਲਹਾਲ ਤਾਂ ਅਸੀਂ ਇੱਥੇ ਮੰਨ ਲਓ ਇਹਦੇ 'ਚ ਰਾਸ਼ਨ ਲੈ ਕੇ ਆਏ ਹਾਂ ਆਪਦਾ, ਜਿੰਨੇ ਵੀ ਕਿਸਾਨ ਆਏ ਸੀ ਇਹਦੇ 'ਚ ਅਸੀਂ ਰਾਸ਼ਨ ਰੱਖਿਆ ਹੋਇਆ ਛੋਟੀ ਟਰਾਲੀ 'ਚ, ਬਾਕੀ ਸਾਡਾ ਸੌਣ ਦਾ ਪ੍ਰਬੰਧ ਵੀ ਇਹਦੇ ਵਿੱਚ ਹੀ ਆ। ਠੀਕ।